ਪਹਿਲਾਂ ਹੋ ਕੇ ਜਿਹੜਾ ਲਿਬਾਸ ਕੀਤਾ ਉਹ ਦੋਸਤਾਂ ਨੂੰ ਵੇਖਣਾ ਆਖਰੇ ਦੇ ਐ ਚੈੱਕ ਕਰੋ ਮਾਸ਼ਾਅੱਲਾ ਜੀ ਲਿਬਾਸ ਵਾਦਾ ਤੋਂ ਉਹਦੇ ਪਿੱਛੇ ਬੱਜੀ ਤਾਂ ਆਹ ਕੋ ਮੋਰਕ ਤਾਂ ਨਹੀਂ ਪਾਈ ਠੀਕ ਹੈ ਥਾਂ ਦੋਸਤਾਂ ਨੇ ਸਾਈਡ ਤੋਂ ਵੀ ਵੇਖ ਲੈਣੇ ਲਿਬਾਸ ਪਿਛਲੀ ਸਾਈਡ ਤੋਂ ਵੇਖਣਾ ਵਾਦਾ ਤਾਂ ਉਹਦੇ ਪਿਛਲੀ ਸਾਈਡ ਤੋਂ ਤੇ ਅਗਲੀ ਸਾਈਡ ਦੋਵਾਂ ਤੋਂ ਨਜ਼ਰ ਆ ਰਿਹਾ ਅੱਜ ਹੀ ਸੂਈ ਹੈ ਅੱਜ ਸੂਈ ਤੇ ਹੋਣੀ ਸੂਈ ਜੀ ਠੀਕ ਹੈ ਜੀ ਜਾ ਕੀ ਪਿੱਛੇ ਦੇ ਇਹ ਮਗਾ ਕੱਟਾ ਜੀ यासीन साहब अस्सलामु अलैकुम वालेकुम सलाम तैयब भाई क्या हाल है ठीक हो अल्लाह पाक दा शुक्र है भाई यासीन तू ही सुनाओ ठीक हो करम है अल्लाह दा शुक्र है अल्लाह दा तू ही सुनाओ ठीक हो अल्लाह दा शुक्र है माशाल्लाह सोना काम कर दे हो पे हर वीडियो दे विच वध तो वध छुट्टियां आंदियां ने अज भी माशाल्लाह 13 छुट्टियां ने हां जी माशाल्लाह छुट्टियां हजे मैं लै आ हजे 25 ठीक है जिदे च माशाल्लाह कल सेल होईयां ने कुछ अज ਸਿਆਲਕੋਟ ਪਿੰਡ ਡਾਲੜੇ ਬਡਿਆਣੇ 3 ਕਿਲੋਮੀਟਰ ਸੋਧਰੇ ਕੀ ਸਟਾਪ ਹੈ ਅਗੋ 2 ਕਿਲੋਮੀਟਰ ਦਾ ਪਿੰਡ ਹੈ ਜੇ ਚਵਿੰਡੇ ਨੂੰ ਆਈਏ ਫਿਰ ਵੀ ਸੋਧਰੇ ਕੀ ਸਟਾਪ ਹੈ 3 ਕਿਲੋਮੀਟਰ ਦਾ ਪਿੰਡ ਹੈ ਇਹ ਭਾਗਵਾਲ ਸਿਆਲਕੋਟ ਰੋਡ ਤੋਂ ਆਈਏ ਕੱਖਾਂ ਦੀ 3 ਕਿਲੋਮੀਟਰ ਪਿੰਡ ਡਾਲਦਾ ਠੀਕ ਹੈ ਜੀ ਅੱਜ ਦੀ ਇਸ ਵੀਡੀਓ 'ਚ 14-15 ਕਿਲੋ ਦੁੱਧ ਵਾਲੀ ਝੋਟੀ ਵੀ ਮੌਜੂਦ ਹੈ ਉਹਦਾ ਵੀ ਦੋਸਤਾਂ ਨੂੰ ਸ਼ੋਅ ਕਰਵਾਉਂਦੇ ਆ ਅਤੇ ਸਾਰੇ ਜਾਨਵਰਾਂ ਦੀ ਇੱਕ ਇੱਕ ਕਰਕੇ ਤਸੱਲੀ ਕਰਵਾਉਂਦੇ ਆ ਭਾਈ ਇਸ ਤਰ੍ਹਾਂ ਲੈ ਕੇ ਆਓ ਜੀ ਝੋਟੀ ਨੰਬਰ 1 ਲਓ ਜੀ ਦੋਸਤੋ ਨੰਬਰ 1 ਤੇ ਆ ਗਈ ਇਹ ਖੂਬਸੂਰਤੀ ਦੋਸਤਾਂ ਨੇ ਵੇਖਣੀ ਹੈ ਕਾਲੀ ਸਿਆਹ ਪੂਸ਼ਲ ਦੇ ਚੰਦਵਾਲ ਸਵੇਦ ਨੇ ਭਾਈ ਲਵਾਂ ਜ਼ਰਾ ਚੱਕਰ ਜੀ ਭਾਈ ਯਾਸੀਨ ਗੱਬਾ ਨੇ ਨਹੀਂ ਸੁਣੀ ਜੇ ਭਾਈ ਇਹਨਾਂ ਦਾ ਚੱਕਰ ਲਵਾਉਣਾ ਬਾਅਦ 'ਚ ਜਾ ਚ ਲਿਆ ਦੂਜੇ ਭਾਈ ਕਿਥੇ ਨੂੰ ਉਹਨਾਂ ਕੋਲ ਜਾ ਖਲਵਾ ਲਓ ਭਾਈ ਯਾਸੀਰ ਕਿੰਨਾ ਸੁਬਾ ਸੂਈ ਹੈ ਦਿਨ ਕਿੰਨੇ ਕੋ ਹੋ ਗਏ ਨੇ ਦਿਨ ਨੂੰ ਅੱਜ 3 ਹੋ ਗਏ ਜੇ ਭਾਈ ਲਵਾ ਜ਼ਰਾ ਲੰਮਾ ਚੱਕਰ 3 ਦਿਨ ਹੋ ਗਏ ਨੇ ਦੂਸਰਾ ਸੁਬਾ ਸੂਈ ਹੈ ਜਾ ਪਿੱਛੇ ਕੀ ਹੈ ਜਾ ਮਗਰ ਇਹ ਕੱਟਾ ਦੇ ਜਾ ਮਗਰ ਕੱਟਾ 3 ਦਿਨ ਹੋ ਗਏ ਨੇ ਦੁਆ ਟਾਮਾ ਦਾ ਕਿੰਨਾ ਕੁ ਦੁੱਧ ਮਗਰ ਕੱਟੀਏ ਮਗਰ ਦੁਆ ਟਾਮਾ ਦਾ ਦੁੱਧ ਕਿੰਨਾ ਦੁੱਧ ਇਹਦੇ ਕੋਲ 9 ਕਿਲੋ ਹੋਏਗਾ 9 ਕਿਲੋ ਦੁਆ ਟਾਮਾ ਦਾ ਜਾ ਸਮੇਤ ਹਾਈਟ ਤੇ ਰਵੇਲ ਦੋਸਤਾਂ ਨੇ ਵੇਖਣੀ ਹੈ ਕਾਲੀ ਸਿਆਹ ਹੈ ਲੰਮੀ ਕਰਕੇ ਖੜਾਣੀ ਭਾਈ ਥਾਂ ਦੋਸਤਾਂ ਨੇ ਵੇਖ ਲੈਣਾ ਨੇ ਸਾਈਡ ਤੋਂ ਧੁੰਨੀ ਤੇ ਕੋਲੀ ਵੀ ਵੇਖ ਲੈਣੀ ਕੱਦ ਵੀ ਚੰਗਾ ਰਵੇਲ ਵੀ ਚੰਗੀ ਹੈ ਭਾਈ ਚਿਹਰਾ ਚੈੱਕ ਕਰਵਾ ਦਿਓ ਕਾਲੀ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਸਿੰਘਾਂ ਵੀ ਦੋਸਤਾਂ ਨੇ ਵੇਖ ਲੈਣੇ ਠੀਕ ਭਾਈ ਇਸ ਨਾਲ ਲੈ ਚੱਲੋ ਜੀ ਕਿਹੜੀ ਭਾਈ ਆ ਵਿਚਲੀ ਇਹ ਕੱਟੀ ਹੈ ਜੀ ਪਿੱਛੇ ਆਪਣਾ ਕੰਮ ਹੈ ਲਿਆਉਣਾ ਤੇ ਮਾਸ਼ਾਅੱਲਾ ਜੀ ਮੂੰਹ ਚ ਚਾਰ ਦਾਂਦੇ ਪਹਿਲਾਂ ਨੇ ਖੂਬਸੂਰਤੀ ਵੇਖਣੀ ਹੈ ਦੋਸਤਾਂ ਨੇ ਚਿਹਰੇ ਦੀ ਨਫਾਸਤ ਵੇਖਣੀ ਹੈ ਜੀ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਸਿੰਘਾਂ ਵੀ ਵੇਖ ਲੈਣੀਆਂ ਬਰੀਕ ਚਿਹਰਾ ਲੰਬਾਈ ਚ ਭਾਈ ਲਵਾਂ ਜ਼ਰਾ ਚੱਕਰ ਲਿਬਾਸ ਵੇਖਣਾ ਜੀ ਪਹਿਲਾਂ ਹੋ ਕੇ ਜਿਹੜਾ ਲਿਬਾਸ ਕੀਤਾ ਉਹ ਦੋਸਤਾਂ ਨੇ ਵੇਖਣਾ ਭਾਈ ਯਾਸੀਨ ਕਿਦਾਂ ਦੀ ਸੂਈ ਹੈ ਨਹੀਂ ਗੱਬਨ ਦੇ ਗੱਬਨ ਵਾਲੇ ਗੱਬਨ ਜੀ ਮਾਸ਼ਾਅੱਲਾ ਜੀ ਚੰਗਾ ਬਣ ਫੱਬ ਗਈ ਹੈ ਦੋਸਤਾਂ ਨੇ ਵੇਖਣਾ ਜੀ ਸੂ ਵੀ ਪੇ ਤੇ ਕੋਈ ਯਾਰ ਨਹੀਂ ਦਿਨ ਕਿੰਨੇ ਲੈਣ ਡਈ ਹੈ ਚਾਰ ਤੋਂ ਪੰਜ ਦਿਨ ਲੈਣ ਡਈ ਹੈ ਧੁੰਨੀ ਵੀ ਦੋਸਤਾਂ ਨੇ ਵੇਖ ਲੈਣੀ ਮਾਮੂਲੀ ਜੀ ਤੇ ਕੋਲੀ ਵੀ ਤੇ ਥਣ ਬਰੇ ਸੋਹਣੇ ਲੱਗੇ ਨੇ ਪਹਿਲਨ ਹੋ ਕੇ ਲੋ ਜੀ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਪੁੱਠਾ ਵੀ ਦੋਸਤਾਂ ਨੇ ਵੇਖ ਲੈਣਾ ਜੀ ਪਹਿਲਨ ਮੂੰਹ ਚੋਂ ਚਾਰ ਦੰਦ ਗੱਬਨ ਨੀਲੀ ਦੇ ਬਟਨ ਦੋਸਤਾਂ ਨੇ ਵੇਖਣਾ ਵਾਜ਼ਿਆ ਤੌਰ ਤੇ ਨਜ਼ਰ ਆ ਰਹੇ ਨੇ ਜੀ ਚੰਗਾ ਲਿਬਾਸ ਕੀਤਾ ਇੰਜ ਹੀ ਲੱਗਦਾ ਮੈਂ ਜਿਵੇਂ ਸੂਈ ਹੈ ਜੀ ਭਾਈ ਯਾਸੀਨ ਜਿਵੇਂ ਦੀ ਸੋਹਣੀ ਝੋਟੀ ਜਿਹਾ ਮੁੱਲ ਵੀ ਸੋਹਣਾ ਜਿਹਾ ਲਾਣਾ ਤੈਯਬ ਸਾਹਿਬ ਇਹ 3,65,000 ਰੁਪਇਆ ਪਹਿਲਨ ਕੱਟੀ ਹੈ ਜੀ ਕੀਮਤ ਦੋਸਤਾਂ ਨੇ ਵੇਖਣੀ ਹੈ 3,65,000 ਜਿੰਨਾ ਥੱਲਿਓ ਫੱਬ ਗਈ ਹੈ ਭਾਈ ਯਾਰ ਬਿਲਕੁਲ ਮੁਨਾਸਬ ਰੇਟ ਲਾਇਆ ਜੀ ਅੱਗੇ ਆ ਗਈ ਜੀ ਨੰਬਰ 3 ਤੇ ਭਾਈ ਸਰਾਨ ਭਾਈ ਸਰਾਨ ਲਵਾਓ ਚੱਕਰ ਇਹ ਵੀ ਗੱਬਾ ਨੇ ਠੀਕ ਹੈ ਜੀ ਕਿੰਨਾ ਸੁਬਾ ਸੋਣਾ ਦਿਨ ਕਿੰਨੇ ਕੁ ਲੈਣ ਡੇ ਜੀ ਭਾਈ ਲਵਾਓ ਚੱਕਰ 7-8
सात तो अठ दिन लैन डई है। दूसरा सुबह सुना गब्बर ने पुठा दोस्तों ने वेखना चंगा चोरा पुठा जी भाई लम्मी करके खिलाड़ दी जरा रवेल तो हाइट दोस्तों ने वेख लैनी है। बिल्ली अखा ने दूह अखा दंग सेम है सिंगा भी दोस्तों ने वेखनी है बरीक चेहरा लंबाई भाई जरा साइड तू थान चेक करवाने एक पैर अगे कटाओ भाई सुनैन हल्का जाके थान दोस्तों ने साइड तू वेख लैने धुनी कोली भी वेख लैनी भाई लवाओ तेरा चक्कर पिछली साइड तू लिबास दोस्तों ने वेखना नंबर तीन चेक करवाने पे गब्बर ने भाई असं कि दिन दस ली है भी सात तो अठ दिन लैन दी है गब्बर ने जी जी भाई यासीन झोटी नंबर तीन का रेट लाओ हाँ तीन लाख ते अस्सी हज़ार चीज़ा दोस्तों ने वेखनी अज तो कीमत भी वेखनी नंबर आ गई है चार ते चेहरे की खूबसूरती बनावट दोस्तों ने वेखनी है काली अखा ने दो अखा की रंग सेम है जी भाई लवाओ जरा चक्कर चंगा वेढ़ माशा जी चंगी हाइट तो रवेल है लिबास दोस्तों ने वेखना भाई यासीन भी गब्बर ने ठीक है जी नंबर चार चेक करवाना गब्बर ने सुबह किन्ना सोना पुठा भी दोस्तों ने वेख लेना दूसरा सुबह सुना गब्बर ने दिन किन्ने लैन दी बटन भी दोस्तों ने वेख लेना छे तो सत्त दिन लैन दी हाइट तो रवेल दोस्तों ने वेखनी भाई यहाँ चेहरा चेक करवा दो काली अखा ने दो अखा की रंग सेम है चेहरे की खूबसूरती माशाल्लाह दोस्तों ने वेखनी चंगी हाइट चंगा पाले तो रवेल दोस्तों ने वेखनी है जी थन बड़े सोहने लगे ने दूसरा सुबह सुना तो थन दोस्तों ने वेखने जी ठीक है भाई इस नाल लै चलो जी सात तो अठ दिन लैन दी एक गल ए होर है जी जी भाई यासीन रेट तुसीं अज भी माशाल्लाह ठीक लान दे जिहो जिहे झोटियां ने ना नंबर चार ते चेक करवाई लिबास दोस्तों ने वेख लैना पुट्ठा भी दोस्तों ने वेख लैना जी भाई यासीन झोटी नंबर चार का रेट लाओ जी झोटी तुहाडी वड्डी है दूजियां झोटियां निस्बत ज्यादा माशाल्लाह पाले चार लाख नब्बे हजार फाइनल गब्बर ने ठीक है छे लाख रुपए की अल्लाह के फजलो करम सू गए तैयार हो गए पूरा बन फब्बे इंशाल्लाह नंबर चार से चेक करवाइए कीमत डिमांड चार लख नब्बे हजार अगे आ गई जी नंबर पांच से ताजी सूई है भाई यासीन अले सूई नहीं ठीक है जी किन्ना सुबह सुना दूसरा सुबह सुना इंशाल्लाह चंद घंटे सूबे की लिबास दोस्तों ने चंगा बन फप गई है जी भाई यार ज़्यादा तैयार नहीं की इस वजह तू क्योंकि सुनती है भी पुट्ठा दोस्तों ने वेख लेना दूसरा सुबह सुना इंशाल्लाह अज उम्मीद है कि सूपे की बाकी अल्लाह के काम ने भाई जरा लम्मी करके खिलारो चेहरे की खूबसूरती दोस्तों की भी वेख लैनी है बिल्ली अखा ने दो अखा की रंग सेम है सिंगियां भी दोस्तों ने वेख लैनी है धुनी वेखनी है जी बिल्कुल ना होने बराबर कोली भी वेख लैनी है तो थन भी वेखने सोहनिया वंडा लगे ने जी पावरफुल दूसरा सुबह भाई यासीन सुन ठीक भाई सुना लै चलो जी नंबर आ गई पांच ते रवेल ते हाइट दोस्तों ने वेख लैनी है पुट्ठा भी दोस्तों चेक करवा दें जी जी भाई यासीन नंबर पांच ते चेक करवाइए कीमत डिमांड चार लख त्रीह हज़ार नंबर छे तला आ गई है जी जी भाई सुनैन लै के आओ जी ए नंबर छे तो आ गई है जी जत वेखनी जी चंगी जत वाली झोटी है काली सिया पुशल दे चंद वाल सफेद ने भाई लवाओ जरा चक्कर अपना भाई असि सूई है लिबास वेखना जी चंगा लिबास कर गई चाहे कलावे दे विच लै आओ किन्ना सुबह भाई असि सूई है तीसरा सुबह सूई है माशाल्लाह जी लिबास दोस्तों ने वेखना चंगा लिबास करके तो फिर भाई लवाओ चक्कर तो लै आओ पुट्ठा भी दोस्तों ने वेख लैना दुद्ध किन्ना दुआ टाइम दुद्ध कोई 11 तो 12 किलो है दिन किन्ने को हो गए दिन में कोई 7-8 हो गए 11 12 किलो दुद्ध की गारंटी हो गई सात तो अठ दिन हो गए सोया लिबास चंगा कि भाई यार को 15-16 किलो नहीं दसिया 11-12 किलो ही दसिया तो 11-12 दिन इंशाल्लाह गारंटी हो गई तीसरा सुबह सूई है जा की पिछे भाई सात दिन हो गए जी पिछे कट्टा कट्टा भी दोस्तों ने वेख लेना जी भाई यासीन झोटी नंबर 6 का रेट लाओ जी टोर दोस्तों ने वेखनी जिम्मे पहलवान टोर दिन 4,10,000 नंबर 6 से चेक करवाइए अगे आ गई जी नंबर 7 से बूढ़ी चंगी रवेल है जी सारिया झोटियां नहीं आनी रवेल ही नहीं होंगी हाइट भी दोस्तों ने वेख लैनी है रवेल भी वेखनी है माशाल्लाह जी पिछे जा गई कट्टा
ਕਿੰਨਵਾ ਸੁਬਾ ਸੂਈ ਹੈ? ਰਾਤੀ ਸੂਈ ਹੈ, ਕੱਚਾ ਨਾਰੂ ਨਾਲ ਹੀ ਦੋਸਤਾਂ ਨੇ ਵੇਖ ਲੈਣਾ। ਦੂਸਰਾ ਸੁਬਾ ਸੂਈ ਹੈ, ਕੱਲ ਰਾਤ ਦੀ ਸੂਈ ਹੈ, ਪਿੱਛੇ ਤੇ ਕੱਟਾ। ਬੋਲਾ ਭਾਈ ਯਾਸੀਨ ਕਿੰਨਾ ਕੱਢਿਆ ਜੀ? ਦੋ ਚਵਾਈਆਂ ਕੀਤੀਆਂ, ਦੋ ਚਵਾਈਆਂ ਕੀਤੀਆਂ। ਕਿੰਨਾ ਬੋਲਾ ਕੱਢਿਆ? खूबसूरती दोस्तों ने वेखनी है माशाल्लाह जी। भाई अपना भाई सलैंड का चेहरा चेक करवा दो, काली अख ने दो अखा दी रंग सेम है, सिंगियां वेख कुंडे सिंह ने छोटे छोटे, चेक करो जी। ठीक है जी, जो मर्जी दबो, हां कोई मोरक तो नहीं पाई? ठीक है, एक करमा लिया ने बाहर छोड़ो मोरक ने पाई। नंबर 7 ਦੇ ਚੈੱਕ ਕਰਵਾਣ ਦੇ ਆ, ਮੂੰਹ ਦੀ ਵੀ ਸੀਲ ਸੋ ਗਿਆ ਵੇਖੋ ਜੀ। ਠੀਕ ਹੈ ਜੀ, ਬਾਈ ਇੱਥੇ ਖਿਲਾੜੀ ਦਾ ਸਾਈਡ ਤੋਂ ਤੁਹਾਨੂੰ ਦੋਸਤਾਂ ਨੇ ਚੈੱਕ ਕਰਵਾ ਲਈ। ਥਣ ਬਰੇ ਸੋਨੇ ਲੱਗੇ ਨੇ, ਦੂਸਰਾ ਸੁਬਾ ਸੂਈ ਹੈ ਜੀ, ਪਿੱਛੇ ਤੇ ਕਟਾ ਕਰ ਰਾਤ ਦੀ ਸੂਈ ਹੈ, ਦੋ ਹੀ ਚਵਾਈਆਂ ਭਾਈ ਰਾਂ ਕੀਤੀਆਂ ਨੇ। ਨੰਬਰ 7 ਦੇ ਚੈੱਕ ਕਰਵਾਣ ਦੇ ਆ, ਪੁੱਠਾ ਦੋਸਤਾਂ ਨੇ ਵੇਖ ਲੈਣਾ। ਦਵੇਲ ਵੀ ਵੇਖ ਲੈ ਜੀ ਭਾਈ ਯਾਸੀਨ, ਝੋਟੀ ਨੰਬਰ 7 ਦਾ ਰੇਟ ਤੇ ਭਾਈ ਸਾਰੇ ਲੋਕੀ ਮਈਆਂ ਲਿਆਉਂਦੇ ਨੇ, ਪਰ ਜਿਗਰਾ ਕਿਸੇ ਕਿਸੇ ਦਾ ਮਈ ਚੰਗੀ ਲਿਆਉਂਦੇ। ਚੰਗੀ ਝੋਟੀ ਕੋਈ ਕੋ ਲੈਂਦਾ ਨਾ? ਇਹ ਸਕਦੇ ਅੱਡੇ ਦੇ ਖਲੋਤੇ ਇੱਕ ਬਾਈ ਦਾ ਕੋਈ ਲਾਲਚ ਨਹੀਂ ਜਿਆ। ਭਾਈ ਯਾਸੀਨ ਕਮਾਈਆਂ ਦੂਜੀਆਂ ਝੋਟੀਆਂ 'ਚ ਵੀ ਹੋਈਆਂ ਨੇ, ਜਿਹੜੀਆਂ 2-2.5 ਲੱਖ ਵਾਲੀਆਂ ਲੱਗਦੀਆਂ, ਉਹਨਾਂ 'ਚ ਬਹੁਤੀ ਹੁੰਦੀ ਹੈ। ਇਹ ਮੈਨੂੰ ਕੋਈ ਥੋੜ੍ਹਾ ਜਿਹਾ ਰਿਜ਼ਕ ਲੱਭ ਜੇ ਮੈਂ ਦੇ ਹਰਨਾ ਵਾਂ, ਮੈਂ ਆਪਣਾ ਇੱਕ ਚਸਕਾ ਅਤੇ ਇੱਕ ਆਦਤ ਅਤੇ ਸ਼ੌਕ ਪੂਰਾ। ਝੋਟੀਆਂ 'ਚ ਮਾਸ਼ਾਅੱਲਾ ਜੀ ਨਾਂ ਚੰਗਾ ਬਣਾਇਆ। ਨੰਬਰ 7 'ਤੇ ਚੈੱਕ ਕਰਵਾਈ ਰੇਟ ਲਾਵਾ ਦਾ। 4,30,000 ਪੁੱਠਾ ਦੋਸਤਾਂ ਨੇ ਵੇਖਣਾ, ਸਾਰੀਆਂ ਝੋਟੀਆਂ ਨੇ, ਇੰਨਾ ਪੁੱਠਾ ਹੀ ਨਹੀਂ ਹੁੰਦਾ ਜੀ। ਲਿਬਾਸ ਵੀ ਪਿਛਲੀ ਸਾਈਡ ਤੋਂ ਵੇਖ ਲੈਣਾ ਭਾਈ ਯਾਸੀਨ, ਗੱਬਾ ਨੇ ਭਾਈ ਯਾਸੀਨ, ਗੱਬਾ ਨੇ ਸੂਈ ਹੈ। ਕਿੰਨਵਾਂ ਸੁਬਾ ਸੂਈ ਹੈ? ਦੂਸਰਾ ਸੁਬਾ ਸੂਈ ਜੇ, ਪਹਿਲਾਂ ਨਹੀਂ ਮੈਂ ਆਉਂਦੀ ਸੀ। ਠੀਕ ਹੈ, ਪਹਿਲਾਂ ਤੁਹਾਡੇ ਕੋਲ ਰਹੀ ਹੈ ਅਤੇ ਦੂਸਰਾ ਸੁਬਾ ਹੁਣ ਸੂਈ ਹੈ? ਦਿਨ ਕਿੰਨੇ ਕੁ ਹੋ ਗਏ ਨੇ? ਦਿਨ ਇਹਨੂੰ ਕੋਈ 7-8 ਹੋ ਗਏ ਜੀ। ਠੀਕ ਹੈ ਭਾਈ, ਸੁਣਾ ਲਿਆਓ, ਚੌਥਾ ਦਿਨ ਤੇ ਬਲਕਿ 4 ਦਿਨ ਨੂੰ ਹੋ ਗਏ ਸੀ ਤੇ ਪੱਚਾ ਮਰ ਗਿਆ ਏ, ਦੁੱਧ ਹੁੰਦਾ ਸੀ ਘੱਟ, ਬਾਬਾ ਦਾ ਇਹ ਸੁਆ ਚੁੰਗਦੇ ਆ ਘਰ ਆ ਲਈ। ਫਿਰ ਉਹਨਾਂ 18-19 ਸਿਰ ਮਈ ਪਹਿਲਾਂ 4 ਦਿਨ ਹੋ ਗਏ ਸੁਆ ਤੇ ਜਾ ਦੇ ਪਿੱਛੇ ਕੀ ਹੁਣ ਇਹਦੇ ਮਗਰ ਕੱਟਾ ਜੇ ਦੁੱਧ ਭਾਈ ਯਾਸੀਨ ਕਿੰਨਾ ਦੁੱਧ ਹੁਣ? ਕੋਈ 11 12 ਸਿਰ ਹੋਣਾ। ਪਹਿਲਾ ਸੁਆ ਤੇ ਤੁਸੀਂ ਰੱਖੀਏ ਤੇ ਪੱਕਾ ਦੁੱਧ ਦੱਸਣਾ ਜਿਹੜਾ ਪਹਿਲੇ ਸੁਵੇ ਤੋਂ ਚੋਇਆ। ਹਾਂ 17-18 ਸਿਰ ਚੋਇਆ, 17-18 ਕਿਲੋ ਦੁੱਧ ਪਹਿਲੇ ਨੂੰ ਹੋ ਕੇ ਕੀਤਾ ਮਾਸ਼ਾਅੱਲਾ ਜੀ। ਤੇ ਛੋਟੀ ਵੀ ਕੋਈ ਛੋਟੀ ਝੋਟੀ ਨਹੀਂ, ਵੱਡੀ ਜੀ ਸਮਤ ਵਾਲੀ ਝੋਟੀ ਹੈ, ਪਿੱਛੇ ਦੇ ਕੱਟਾ। 4 ਕਿ ਦਿਨ ਹੋ ਗਏ ਨੇ, ਕੱਟਾ ਵੀ ਦੋਸਤਾਂ ਨੇ ਵੇਖ ਲੈਣਾ। ਠੀਕ ਭਾਈ, ਸੁਣਾ ਲਾਓ ਚੱਕਰ, ਲਿਬਾਸ ਦਾ ਵੇਖਣਾ, ਥਣ ਵੀ ਸੋਹਣੇ ਨੇ ਤੇ ਪੁੱਠਾ ਤੇ ਪਲ ਵੇਖਣਾ ਦੋਸਤਾਂ ਨੇ। ਰਵੇਲ ਵੀ ਦੋਸਤਾਂ ਨੇ ਵੇਖ ਲੈਣੀ ਮਾਸ਼ਾਅੱਲਾ ਜੀ, ਵੱਡੀ ਝੋਟੀ ਹੈ, 17-18 ਕਿਲੋ ਦੁੱਧ ਪਹਿਲੇ ਸੂਏ ਭਾਈ ਰੀ ਚੁੰਦੇ ਰਹੇ ਨੇ, ਹੁਣ ਸੁਬਾ ਦੂਸਰਾ ਸੂਈ ਹੈ, ਦਿਨ 4 ਕੁ ਹੋ ਗਏ ਨੇ। ਦੁੱਧ ਕਿੰਨਾ ਦੱਸਿਆ ਹੁਣ ਦੋਵਾਂ ਟਾਈਮ ਦਾ? ਇਸ ਟਾਈਮ 10-11 ਸਿਰ ਹੋਣਾ ਹੈ ਜੀ। ਆ 4 ਕੁ ਦਿਨ ਹੋਣੇ, 10 ਕਿਲੋ ਦੁੱਧ ਇਸ ਟਾਈਮ ਇਨਸ਼ਾਅੱਲਾ ਹੈ ਜੀ। ਭਾਈ ਯਾਸੀਨ, ਝੋਟੀ ਨੰਬਰ 8 ਦਾ ਰੇਟ ਲਾ, ਇਹਦਾ ਰੇਟ ਨਹੀਂ ਲਾਣਾ, ਇੱਕ ਤਾਂ ਅਗਲੀ ਵੀਡੀਓ 'ਚ ਇਨਸ਼ਾਅੱਲਾ ਲਾਵਾਂਗੇ ਜਦੋਂ ਫੁੱਲ ਦੁੱਧ ਤੇ ਆਏਗੀ, ਜਦੋਂ ਆਪਣੇ ਜੋਬਨ 'ਤੇ ਆਏ ਜੀ, ਪੂਰੇ ਜੋਬਨ 'ਤੇ ਆਏ। ਠੀਕ ਹੈ ਜੀ, ਨੰਬਰ ਭਾਈ ਯਾਰ ਸਕਰੀਨ 'ਤੇ ਆ ਰਿਹਾ, ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦਾ ਤਾਂ ਰਾਬਤਾ ਕਰ ਲੈ। ਅੱਗੇ ਆ ਗਈ ਜੀ ਨੰਬਰ 9 ਅਤੇ 42 ਤਸਵੀਰ ਆ ਗਈ ਜੀ, ਇਹ ਵੇਖਣਾ ਮਾਸ਼ਾਅੱਲਾ ਜੀ ਭਾਈ ਜੀ ਇਹਨੇ ਪਹਿਲੇ ਫੋਟੋ ਹੀ ਹੈ, ਚਿਹਰੇ ਦੀ ਖੂਬਸੂਰਤੀ ਬਣਾਵਟ ਦੋਸਤਾਂ ਨੇ ਵੇਖਣੀ ਹੈ, ਬਿੱਲੀਆਂ ਅੱਖਾਂ ਨੇ ਅਤੇ ਦੋਵੇਂ ਅੱਖਾਂ ਸੇਮ ਨੇ ਮਾਸ਼ਾਅੱਲਾ ਜੀ। ਭਾਈ ਲਵਾਂ ਜ਼ਰਾ ਚੱਕਰ, ਪਹਿਲੇ ਨੇ ਭਾਈ ਯਾਸੀਨ? ਦੂਜੇ ਨੇ ਜੀ, ਸਾਮਤ ਇੰਜ ਲੱਗਦੀ ਵੀ ਜਿਵੇਂ ਪਹਿਲਾਂ ਹੁੰਦੀ ਹੈ। ਠੀਕ ਹੈ ਜੀ, ਲਿਬਾਸ ਦੋਸਤਾਂ ਨੇ ਵੇਖਣਾ ਮਾਸ਼ਾਅੱਲਾ ਜੀ, ਚੰਗੀ ਪੰਡ ਪਾਈ ਹੈ ਭਾਈ ਲਵਾਂ ਜ਼ਰਾ ਚੱਕਰ। ਵਲੈਤੀ ਗਾਵਾਂ ਦਾ ਇੰਨਿਆਂ ਨੇ ਲਿਬਾਸ ਹੁੰਦੇ ਨੇ ਮਾਸ਼ਾਅੱਲਾ ਜੀ। ਦੂਸਰੇ ਸੂਏ ਸੋਹਣਾ, ਪੁੱਠਾ ਵੀ ਦੋਸਤਾਂ ਨੇ ਵੇਖ ਲੈਣਾ। ਠੀਕ ਭਾਈ ਸੁਣਾ ਲਿਆ ਜ਼ਰਾ, ਲੰਮੀ ਕਰਕੇ ਖਿਲਾਰੋ ਦੋਸਤਾਂ ਨੂੰ, ਥਾਂ ਸਾਈਡ ਤੋਂ ਚੈੱਕ ਕਰਵਾ ਲਈ, ਚਿਹਰੇ ਦੀ ਖੂਬਸੂਰਤੀ ਦੋਸਤਾਂ ਨੇ ਵੇਖਣੀ। ਦੂਸਰਾ ਸੁਬਾ ਸੂਈ ਹੈ, ਦਿਨ ਕਿੰਨੇ ਕੁ ਹੋ ਗਏ ਨੇ? ਮੋਬਾਈਲ ਜੇਬ 'ਚ ਪਾਉਂ ਜ਼ਰਾ, ਤਵੱਜੋ ਅੱਗੇ ਰੱਖੋ, ਥਾਂ ਦੋਸਤਾਂ ਨੇ ਸਾਈਡ ਤੋਂ ਵੀ ਵੇਖ ਲੈਣੇ, ਲਿਬਾਸ ਪਿਛਲੀ ਸਾਈਡ ਤੋਂ ਵੇਖਣਾ, ਵਾਜ ਤਾਂ ਉਹਦੇ ਪਿਛਲੀ ਸਾਈਡ ਤੋਂ ਅਤੇ ਅਗਲੀ ਸਾਈਡ ਦੋਵਾਂ ਤੋਂ ਨਜ਼ਰ ਆ ਰਿਹਾ। ਅੱਜ ਹੀ ਸੂਈ ਹੈ? ਅੱਜ ਸੂਈ ਜੋ ਹੁਣੀ ਸੂਈ ਜੀ। ਠੀਕ ਹੈ ਜੀ, ਜਾ ਕੀ ਪਿੱਛੇ ਦੇ ਪਹਿਲੀ ਚਵਾਈ ਕੀਤੀ ਤੇ ਨਹੀਂ ਹਲੇ? ਨਹੀਂ, ਜਾ ਉਹਨੂੰ ਬਸ ਮੂੰਹ ਛੂਹ ਮਰਵਾਇਆ। ਠੀਕ ਹੈ ਜੀ, ਪਹਿਲੀ ਚਵਾਈ ਦੋਸਤਾਂ ਨੂੰ ਦੱਸ ਦੇਣੀ, ਕੱਚਾ ਨਾਰੂ ਨਜ਼ਰ ਆ ਰਿਹਾ ਜੀ, ਇਹ ਜਾ ਪਿੱਛੇ ਦੇ ਕੱਟਾ, ਚੰਗਾ ਸਿਹਤਮੰਦ ਕੱਟਾ ਦਿੱਤਾ ਜੀ। ਲਿਬਾਸ ਦੋਸਤਾਂ ਨੇ ਵੇਖਣਾ ਮਾਸ਼ਾਅੱਲਾ ਜੀ, ਇਹਦੇ ਮੁੱਲ ਕੋਈ ਨਹੀਂ।
नंबर 9 ते चेक करवाने भुलेखा लगता ही पिया जी। यह नंबर 9 ते झोटी है माशाल्लाह जी। लिबास वेखना दोस्तों ने अज ही सूई हले चंद घैंड का जाए पिछे कट्टा पहली चवाई भाई रन करनी दूसरा सूबा सूई है जी भाई यासीन झोटी नंबर 9 का रेट लाओ जी। झोटी तो मेरी 4.5 लाख की ये मेरे भरा पसंद 4,35,000 की झोटी देवे पक्का कीमत दोस्तों ने वेखनी है तो पूरी पंड पाई है लिबास दोस्त वेख के तो इंशाला खुश होंगे चंगी झोटी बनी है जी। कीमत डिमांड 4,35,000 नंबर 9 तो चेक करवाई अगे आ गई जी नंबर 10 से काली अखा ने दो अखा की रंग सेम है सिंगा की जरी सादा भाई लवाओ जरा चक्कर सिंधन माशाल्लाह जी सिंधन लोग सिंधन के अपना बड़े फैन ने यह लिबास दोस्तों ने वेख लेना जी भाई यासीन कितना सुबह सूई है भाई जरा चक्कर लो हाँ बाद जाद लाए दूसरा सुबह सूई है जा की है पिछे बरीक झोटी है पिछे कट्टा दिन किन्ने को हो गए भाई लवाओ जरा चक्कर लिबास दोस्तों ने वेखना 3 से 4 दिन हो गए दूसरा सुबह सूई है पिछे दे कट्टा थाने दोस्तों ने वेखने बड़े सोहने ने जी पूरे मुठ्ठी पुठा भी वेख लेना तो रवेल वेखनी है जी भाई जात लै चलो भाई यासीन दुद्ध कितना दुआ टाइम का थाने साइड तू वेख लेना 11-12 किलो दुद्ध जी जा समेत ही ठीक है भाई यासीन झोटियां ना 10-11-12 किलो दुद्ध बड़ा दुद्ध होंगे ए पिछे कट्टा जी कट्टा भी दोस्तों ने वेख लेना 11-12 किलो दुद्ध 3 से 4 दिन होने पिछे दे कट्टा ठीक है भाई इस लैन लै चलो जी पुट्ठा भी दोस्तों ने वेख लेना यह भी काली शाह झोटी है जी पुछ लवा ली सफेद ने जी भाई यासीन झोटी नंबर 10 का रेट लाओ 4,35,000 भी 4-35 4,35,000 भी 4-35 ठीक है जी रेट पक्के पक्के लाने कच्चा रेट नहीं लाना किसी का भी नंबर 10 से चेक करवाई है पुट्ठा दोस्तों ने फिर एक दफा वेख लेना कीमत डिमांड 4-35 अगे आ गई जी नंबर 11 से पहले ने ठीक है जी सुई झोटी वेखनी फिटनेस वेखनी माशाल्लाह जी लगती पहले नहीं है भाई हरियाणा में दूजा सुबह सुई है लिबास दोस्तों ने वेख लेना वाजा तौर से नजर आ रहा नीली बटन भी नजर आ रहे हैं तीजे दिन ही मेरी झोटी सुई है हूँ मेरी झोटी को 13-14 दिन बोला होगा तीसरा दिन हो गया सूए 13-14 किलो दुद्ध ही भाई जी आते पे जी हले भी गरंटी हो इंशाला झोटियाँ बार निशानी होंगी है तीजे चौथे दिन मैं पंजे दिन मैं दुध पूरा आ जाती है दुध टोर पैंदी है हाँ जी हाइट देखो मैं दूसरा सुबह सूई जा की है पिछे को जी पदरी मैं कटी जे जा पिछे कटी है जी लिबास दोस्तों ने फिर वेख लेना पिछली साइड तो वाजिया तौर से लिबास भी नजर आ रहा पुट्ठा भी दोस्तों ने वेख लेना भाई जात लै चलो 13-14 किलो भाई जी आने मैंने गैस टाइम दुद्ध 4 दिन की सूई है दूसरा सुबह सूई है भाई इस तरह की करो जा जावे ए जावे ना जी नारू भी नजर आ रहा ठीक है जी दोस्तों ने साइड तू वेखने भाई एक पैर अगे कटाओ धुनी तो कोली भी वेख लेनी बिलकुल निशान कोई धुनी कोली नहीं है थान भी सोहनी वंडा दे लगे ने बिल्ली अखा ने दोवें अखा रंग सेम है नंबर 11 चेक करवाइए जी भाई यासीन झोटी नंबर 11 का रेट लाओ जी 5,20,000 की झोटी देवे 5,20,000 दूसरा सुबह सूई है पिछे तो कट्टा कट्टा भी दोस्तों ने चेक करवा दिता पिछे तो कट्टी है ठीक है जी माशाल्लाह कट्टी दोस्तों ने वेख लेनी है जी एक दफा फिर नंबर करवाइए 11 से चेक कीमत डिमांड 5,20,000 जी भाई सनैन ठीक है जी पहले 14-15 किलो रिकॉर्ड है 14-15 किलो रिकॉर्ड है हूँ इंशाल्लाह ज्यादा ही करेगी इंशाल्लाह हले 4 दिन होने भाई यासीन 13-14 किलो तो कर गई है 13-14 किलो पक्का जायद इंशाल्लाह दूजिया का नहीं किया बिल्कुल 8-8-10-10 किलो दसिया ठीक है जी मेरे डेरे से रह के बाद 4 टाइम 4 टाइम 4 मैं इस चीज का जिम्मेदार मैं खाना मैं दवांगा हर टाइम मुकम्मल गारंटी वाली झोटी है माशाल्लाह जी नंबर करवाइए 11 से चेक कीमत 5,20,000 अगे आ गई नंबर 12 से हले हूं ही सूई है घंटा डेढ़ है सूए भाई यासीन घंटा डेढ़ है सूए ठीक है जी ए जा पिछे ए कच्चा दारू दोस्तों ने वेख लेना हले जा भी किला भाई लवाओ चक्कर हले जोर नहीं हो भाई चंगी झोटी है जी पूरी पहलवान ते बॉडी बिल्डर झोटी है लिबास भी दोस्तों ने वेख लेना जी भाई असि जोर नहीं सुटी हले हले सूई आने में कोई घंटा नहीं कच्चा दारू नाल रवेल भी दोस्तों ने वेख लेनी है जानू को मूंह छू मरवाया
ਠੀਕ ਹੈ ਜੋਰ ਸੁੱਟੇ ਦੀ ਤੇ ਫੇਰ ਹੀ ਕੁਝ ਵਾਈ ਸ਼ਵਾਈ ਵਾਲੇ ਪਾਸੇ ਤੋਂ ਹਣ ਨੰਬਰ 12 ਤੇ ਚੈੱਕ ਕਰਵਾਣ ਦੇ ਆ ਚੋੜਾ ਪੁੱਠਾ ਮੈਂ ਪੁੱਠਾ ਦੋਸਤਾਂ ਨੂੰ ਵੇਖਣਾ ਟੋਰ ਵੇਖਣੀ ਪੂਰੀ ਪਹਿਲਵਾਨਾਂ ਵਾਲੀ ਟੋਰ ਹੈ ਜੀ ਅੱਜ ਕੱਲ ਤਾਂ ਬਲਾਤੀ ਗਾਵਾਂ ਵੀ ਨਹੀਂ ਇਹਨਾਂ ਚੱਡਾ ਕਰਦੀਆਂ ਲਿਬਾਸ ਵੀ ਚੰਗਾ ਕਰ ਗਈ ਹੈ ਵੀ ਪੂਰੀ ਦੇਖਿਆ ਚੱਡਾ ਕੀਤਾ ਅੱਜ ਕੱਲ ਇਹਨਾਂ ਹਾਂ ਲਿਬਾਸ ਵੀ ਚੰਗਾ ਕੀਤਾ ਤੇ ਰੋਜ਼ ਦੀ ਵੀਡੀਓ ਕਿੰਨੀਆਂ ਬਣਾਉਂਦੇ ਹੋ ਜਿੰਨੀ ਪਿਛਲੀ ਸਾਈਡ ਤੋਂ ਕਹਿੰਦੇ ਨਾ ਡਬਲ ਤੇ ਅਗਲੀ ਸਾਈਡ ਤੋਂ ਨਜ਼ਰ ਆਉਂਦਾ ਭਾਈ ਇਹ ਗਲਾਤਾ ਕੇ ਕਿਹੜਾ ਜ਼ਰਾ ਤੂੰ ਨਹੀਂ ਦੋਸਤਾਂ ਨੇ ਵੇਲਾ ਨਹੀਂ ਕੋਲੀ ਵੇਲ ਨਹੀਂ ਤੇ ਲਿਬਾਸ ਅਗਲੀ ਸਾਈਡ ਤੋਂ ਵੇਖਣਾ ਮਾਸ਼ਾਅੱਲਾ ਜੀ ਚੰਗਾ ਲਿਬਾਸ ਕੀਤਾ ਨੰਬਰ ਕਰਵਾਈਏ 12 ਦੇ ਚੈੱਕ ਜੀ ਭਾਈ ਯਾਸੀਨ 6 ਲੱਖ ਦੀ ਹੈ ਜਿਹੜੇ ਮੇਰੇ ਭਰਾ ਨੂੰ ਪਸੰਦ ਹੋਏ ਨਾ 4 ਲੱਖ ਤੇ 90 ਹਜ਼ਾਰ ਦੀ ਦੇਵਾਂਗੇ ਠੀਕ ਹੈ ਜੀ ਨੰਬਰ 12 ਤੇ ਚੈੱਕ ਕਰਵਾਈਏ ਪੂਰੀ ਪਹਿਲਵਾਨ ਤੇ ਨਾਮੀ ਝੋਟੀ ਹੈ ਜੀ 4 ਲੱਖ ਤੇ 90 ਹਜ਼ਾਰ ਬਸ ਉਹੀ ਜੇ ਗਰੰਟੀ ਨਾਲ ਠੀਕ ਹੈ ਜੀ ਠੀਕ ਹੈ ਪਲ ਜਾਂ ਝੋਟੀ ਦਾ ਆਪਣਾ ਵੱਖਰਾ ਹੈ ਚੰਗਾ ਪੁੱਠਾ ਤੇ ਚੰਗਾ ਪਾਲੇ ਮਾਸ਼ਾਅੱਲਾ ਜੀ ਇਹ ਪਿੱਛੇ ਤੇ ਕੱਟਾ ਦੂਸਰਾ ਸੁਬਾਹ ਸੂਈ ਹੈ ਦਿਨ ਕਿੰਨੇ ਕੁ ਹੋ ਗਏ ਰਾਤੀ ਸੂਈ ਹੈ ਸਰਵਿਸ ਸੂਈ ਹੈ ਜੇ ਇੱਕ ਚੁਆਈ ਬਿਲਕੁਲ ਸਾਫ ਕੀਤੀ ਝੋਟੀ ਕੋਲ ਠੀਕ ਹੈ ਬਿਲਕੁਲ ਸਾਫ ਕੀਤੀ ਜੇ ਅੱਜ ਸੁਬਾਹ ਹੀ ਸੂਈ ਹੈ ਜੀ ਸੁਬਾਹ ਸੂਈ ਹੈ ਵੇਖੋ ਦੂਸਰਾ ਸੁਬਾਹ ਸੂਈ ਹੈ ਸੂਣ ਦਾ ਗੰਦ ਪੇ ਸੁੱਟਦੀ ਜੇ ਹਾਂ ਜੀ ਆ ਬਿਲਕੁਲ ਲਿਬਾਸ ਦੋਸਤਾਂ ਨੇ ਵੇਖ ਲੈਣਾ ਮੈਂ ਡੱਕਾ ਵਗੈਰਾ ਕੋਈ ਡੱਕਾ ਨਹੀਂ ਟਾਈਮ ਟੂ ਟਾਈਮ ਵੀਡੀਓ ਬਣਦੀ ਹੈ ਜੀ ਹਲੇ ਟਾਈਮ ਵੀ ਨਹੀਂ ਹੋਇਆ ਨਹੀਂ ਨਹੀਂ ਟਾਈਮ ਨਹੀਂ ਹੋਇਆ ਇਹਦਾ ਠੀਕ ਹੈ ਜੀ ਦੂਸਰਾ ਸੁਬਾਹ ਸੂਈ ਹੈ ਪਿੱਛੇ ਤੇ ਜਾ ਕਟਾ ਜੇ ਕਟਾ ਜੇ ਠੀਕ ਹੈ ਜੀ ਕਟਾ ਵੀ ਦੋਸਤ ਨੂੰ ਦੇ ਲੈਣਾ ਇਹ ਤੁਰਦਾ ਵੀ ਨਹੀਂ ਸਹੀ ਨਾਰੂ ਕੱਚਾ ਦੇ ਨਾਲ ਹੀ ਆ ਨਜ਼ਰ ਆਣ ਰਿਹਾ ਹਲਕਾ ਜਿਹਾ ਨਾਰੂ ਹੈ ਠੀਕ ਹੈ ਜੀ ਭਾਈ ਸੁਣਾ ਲੈ ਆਇਓ ਹਾਂ ਜ਼ਰਾ ਲੈ ਕੇ ਨੰਬਰ 13 ਤੇ ਚੈੱਕ ਕਰਵਾਉਣ ਡਿਆ ਬੁਰੀ ਝੋਟੀ ਹੈ ਖੂਬਸੂਰਤ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਵੀ ਸੇਮ ਹੈ ਇਹ ਚੈੱਕ ਕਰੋ ਜੀ ਚੰਗੀ ਸਿਹਤਮੰਦ ਅਤੇ ਵੱਡੀ ਝੋਟੀ ਹੈ ਕੋਈ ਛੋਟੀ ਝੋਟੀ ਨਹੀਂ ਦੂਸਰਾ ਸੁਬਾਹ ਸੂਈ ਹੈ ਭਾਈ ਯਾਸੀਨ ਦੁੱਧ ਕਿੰਨਾ ਰਾਤੀ ਸੂਈ ਚਵਾਈ ਇੱਕ ਦੋ ਚਵਾਈ ਕੀਤੀ ਹੋਣੀ ਹਲੇ ਚਵਾਈ ਕੀਤੀ ਹੈ ਠੀਕ ਹੈ 8-9 ਸਿਰ ਬੋਲਾ ਚੋਇਆ ਇਹਦੇ ਕੋਲ ਪਹਿਲੀ ਚਵਾਈ ਜੂ 8-9 ਕਿਲੋ ਬੋਲਾ ਚੋਇਆ ਜੀ ਠੀਕ ਹੈ ਜੀ ਜੀ ਭਾਈ ਯਾਸੀਨ ਝੋਟੀ ਨੰਬਰ 13 ਦਾ ਰੇਟ ਇੱਥੇ ਜ਼ਰਾ ਲੋਏ ਆਇਓ ਥੋੜ੍ਹੇ ਆਤਲ ਹੋ ਗਏ ਝੋਟੀ ਦਾ ਰੇਟ 5,40,000 ਰੁਪਏ 5,40,000 ਲਓ ਜੀ ਦੋਸਤੋ ਅੱਜ ਦੀ ਇਸ ਵੀਡੀਓ 'ਚ ਇੱਕ ਪਹਿਲਨ ਵਹਿਰ ਵੀ ਮੌਜੂਦ ਹੈ ਇਹਦਾ ਵੀ ਸ਼ੌਕ ਦੋਸਤਾਂ ਨੂੰ ਕਰਵਾਉਂਦੇ ਜੀ ਭਾਈ ਯਾਸੀਨ ਸੂਈ ਹੈ ਪਹਿਲਾ ਸੁਬਾਹ ਸੂਈ ਹੈ ਪਹਿਲਾ ਸੁਬਾਹ ਸੂਈ ਦੋਨੀ ਦੇ ਮੂੰਹ 'ਚ ਦੋ ਤਾਂ ਦੇ ਪਹਿਲ ਲੈਣੇ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਨੂੰ ਵੇਖ ਲੈਣਾ ਪ੍ਰਿੰਟ ਦੀ ਸ਼ਾਈਨਿੰਗ ਵੇਖ ਲੈਣੀ ਭਾਈ ਯਾਸੀਨ ਨਸਲ ਕੀ ਆ ਦੀ ਜਰਸੀ ਤੇ ਬਲੈਕ ਦਾ ਕਰਾਸ ਹੈ ਜਰਸੀ ਤੇ ਬਲਾਤੀ ਦਾ ਕਰਾਸ ਹੈ ਕਿੰਨੇ ਦਿਨ ਹੋ ਗਏ ਸੋਇਆ ਇਹਨੂੰ ਅੱਜ 5-6 ਦਿਨ ਹੋ ਗਏ ਸੋਇਆ ਦੁੱਧ ਕਿੰਨਾ ਦੂਆ ਟਾਈਮਾਂ ਦਾ ਭਾਈ ਚੱਕਰ ਲਓ ਜ਼ਰਾ ਲੰਮਾ 12-13 ਸਿਰ ਹੋਣਾ ਜੀ 12-13 ਕਿਲੋ ਬੋਲਾ ਹੈ ਜੀ 5-6 ਦਿਨ ਹੋ ਗਏ ਸੋਇਆ ਪੁੱਠਾ ਵੀ ਦੋਸਤਾਂ ਨੂੰ ਵੇਖ ਲੈਣਾ ਵਲਾਤੀ ਤੇ ਚੋਲਸਤਾਨ ਇਹਦਾ ਕਰਾਸ ਹੈ ਪਹਿਲ ਲੈਣੇ ਮੂੰਹ 'ਚ ਦੋ ਦੰਦ ਭਾਈ ਲੈ ਆਓ ਵਾਪਸ ਚਿਹਰੇ ਦੀ ਖੂਬਸੂਰਤੀ ਵੀ ਦੋਸਤਾਂ ਨੇ ਵੇਖ ਲੈਣੀ ਹੈ ਸਿੰਗੀਆਂ ਵੀ ਚੈੱਕ ਕਰ ਲੈਣੀਆਂ ਨੇ ਅਤੇ ਥਾਂ ਦੋਸਤਾਂ ਨੇ ਸਾਈਡ ਤੋਂ ਵੇਖ ਲੈਣੇ ਭਾਈ ਯਾਸੀਨ ਦਾ ਜਾ ਵੀ ਚੈੱਕ ਕਰਵਾ ਦਿਓ ਵੱਛਾ ਪਿੱਛੇ ਇਹ ਤਾਂ ਪਿੱਛੇ ਵੱਛਾ 4-5 ਦਿਨ ਦਾ ਜੀ ਭਾਈ ਯਾਸੀਨ ਕੀ ਰੇਟ ਹੈ ਜੀ ਇੱਕ ਹੀ ਵਹਿਰ ਹੈ ਅੱਜ ਜਿਹੜਾ 3,60,000 ਰੁਪਇਆ 3,60,000 ਠੀਕ ਹੈ ਜੀ ਸਾਊ ਬੜੀ ਹੈ ਮਾਸ਼ਾਅੱਲਾ ਜ਼ਿੰਦਗੀ ਦੇ ਸੀਲ ਸਾਊ ਵੀ ਰੱਜ ਕੇ ਮਾਸ਼ਾਅੱਲਾ ਜੀ ਠੀਕ ਹੈ ਭਾਈ ਯਾਸੀਨ ਠੀਕ ਹੈ ਜੀ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਕੋ ਮੈਸੇਜ ਦੋਸਤਾਂ ਆਪੀ ਵੇਖ ਕੇ ਇਹ ਨਹੀਂ ਕਿ ਉਹ ਫਲਾਣਾ ਰੇਟ ਵੀ ਯਾਰ ਬੜਾ ਵੱਧ ਰੇਟ ਲਾਉਂਦਾ ਨਹੀਂ ਕਤਾ ਤੌਰ ਤੇ ਵੱਧ ਨਹੀਂ ਮਾਰਕੀਟ ਦਾ ਰਾਜ ਨਾਲ ਪੁੱਛ ਲਓ ਜਿੱਥੇ ਮਰਜ਼ੀ ਜਾ ਤੁਹਾਡੀ ਤੇ ਭਾਈ ਯਾਸੀਨ ਹੁੱਬੀ ਹੈ ਕੋ ਬੈਅ ਤੇ ਪੁੱਛ ਕੇ ਲੈਣਾ ਚਾਹੀਦਾ ਉਹ ਵੀ ਤੁਸੀਂ ਆਉਂਦੇ ਕੋਈ ਗੱਲ ਨਹੀਂ ਹਾਜ਼ਰ ਆ ਦੇਣਾ ਮੈਂ ਬਾਰਾ ਖਾਂਦੀ ਹੈ ਆਪਣਾ ਉਸ ਹਿਸਾਬ ਨਾਲ ਮੈਂ ਦੇਵਾਂਗਾ ਨਫਾ ਕੋ ਮੋਕਲੇ ਨਫਾ ਮੋਕਲੇ 16 ਨੋਟ ਦੀ ਝੂਟ ਨਾ ਹੋਏਗਾ ਭਾਈ ਯਾਸੀਨ ਨੂੰ ਜੇ ਇੱਕ ਗੱਲ ਹੈ ਕਿ ਚੰਗੀਆਂ ਝੋਟੀਆਂ ਦੇ ਰੇਟ ਵੀ ਚੰਗੇ ਹੁੰਦੇ ਨੇ ਜਿਹੜੇ ਮਰਜ਼ੀ ਮੌਸਮ 'ਚ ਤੁਰ ਜਾਓ ਸਾਰਾ ਦਿਨ ਬੰਦਾ ਵੀਡੀਓ ਵੇਖਦਾ ਰਹੇ ਨਾ ਮੁਖਤਲਿਫ ਚੈਨਲਾਂ ਦੇ ਤੇ ਆਖੇ ਮੈਨੂੰ ਚੰਗੀ ਸ਼ਾਇਦ ਜਿਹੜੀ ਲੱਭ ਵੀ ਸਸਤੀ ਜਾਏ ਤੇ ਮੇਰੇ ਹਿਸਾਬ ਨਾਲ ਸਾਡਾ ਤੇ ਰੋਜ਼ ਦਾ ਕੰਮ ਹੈ ਬੜਾ ਮੁਸ਼ਕਲ ਕੰਮ ਹੈ ਬੜਾ ਮੁਸ਼ਕਲ ਕੰਮ ਹੈ ਇਹੀ ਗੱਲ ਹੈ ਕਿ ਚੰਗੀ ਸ਼ਾਇਦ ਚੰਗਾ ਹੀ ਬੋਲੇ ਦੋਸਤ ਇਹ ਕੋਸ਼ਿਸ਼ ਕਰਾਂ ਕਿ ਚੀਜ਼ ਚੰਗੀ ਲੱਭ ਜੇ ਚੰਗੀ ਲੱਭ 10 ਰੁਪਏ ਮਹਿੰਗੀ ਵੀ ਲੱਭ ਜੇ ਨਾ ਤਾਂ ਬੰਦੇ ਨੂੰ ਤਕਲੀਫ ਨਹੀਂ ਹੁੰਦੀ ਕਈ ਭਾਈ ਕਮੈਂਟ ਕਰਦੇ ਨੇ ਤੁਹਾਡਾ ਰੇਟ ਬੜਾ ਜ਼ਿਆਦਾ ਯਾਰ ਉਹ ਪਹਿਲਾਂ ਮਾਲ ਦਾ ਤਾਂ ਲੱਦੇ ਬੰਦੇ ਉਹ ਵੇਖੋ ਮਾਲ ਉਹ ਮੈਦਾਨ 'ਚ ਆਓ ਇੱਥੇ ਆ ਕੇ ਦੋ ਟਾਈਮ ਚਵਾਈਆਂ ਕਰੋ ਤੁਹਾਨੂੰ ਪਤਾ ਲੱਗ ਜੇ ਮੈਦਾਨ ਮਾਲ ਦਾ ਵੇਖੋ ਮਾਲ ਤੇ ਡਿਪੈਂਡ ਕਰਦਾ ਰੇਟ ਦਾ ਐ ਨਹੀਂ ਕਿ ਫਟਾਫਟ ਰੇਟ ਲਾ ਦੇਣਾ ਜਿਹੜਾ ਮਾਲ ਉਹ ਸਿਰ ਤੇ ਰੇਟ ਲਾਣਾ ਉਹ ਮੈਂ ਵੀ ਲਿਆ ਸਕਦਾ 2.5 ਲੱਖ ਦੀ 2 ਲੱਖ ਦੀ ਰੇਟ ਵੀ ਭਾਈ ਯਾਸੀਨ ਕੋਸ਼ਿਸ਼ ਤੇ ਤੁਸੀਂ ਵੀਡੀਓ ਤੋਂ ਲਾਓ ਵੀ ਤੁਸੀਂ ਦੱਸ ਦਿਓ ਕੋਸ਼ਿਸ਼ ਹੁੰਦੀ ਪੂਰੀ ਜਿਹੜੀ ਉਹਦੀ ਲੱਭੇ ਪੂਰੀ ਜਿਹੜੀ ਉਹਦੀ ਲੱਭੇ ਅਗਲੇ ਘਾਟ ਉੱਤੇ ਜੇ ਕੱਲ ਮਾਸ਼ਾਅੱਲਾ ਦਿੱਤੀਆਂ 3-4 ਅੱਜ ਦਿੱਤੀਆਂ ਨੇ ਡੇਲੀ ਦਿੱਤੀਆਂ ਨੇ ਮਈਆਂ ਠੀਕ ਹੈ ਮੈਂ ਆਦਤ ਹੈ ਕਿ ਬੰਦੇ ਨੂੰ ਸਾਫ ਗੱਲ ਦੱਸਣੀ ਇੰਨੇ ਨਹੀਂ ਲੈਣੀ ਹੈ
ਇੰਨੇ ਪੈਸੇ ਲੈਣੇ ਨੇ ਅਗਲੇ ਵਾਰਾਂ ਖਾਂਦੀ ਲੈਣੀ ਜੀ ਮਿਹਰਬਾਨੀ ਲੋਕ ਲੈ ਕੇ ਜਾਂਦੇ ਨੇ ਮੇਰੇ ਕਹਿੰਦੇ ਬਾਹਰ ਹੀ ਮੇਰੇ ਸੋਹਣੇ ਰੱਬ ਦੇ ਤੱਕ ਦੇਦਾ ਪਿਆ ਮਾਂ ਪਿਓ ਦੀ ਦੁਆਵਾਂ ਨੇ ਬਿਲਕੁਲ ਜੀ ਠੀਕ ਹੈ ਇਹਦੇ 'ਚ ਕੋਈ ਮੇਰੀ ਕੋਈ ਬਹਾਦਰੀ ਨਹੀਂ ਹੈ ਜੀ ਭਾਈ ਯਾਸੀਨ ਬਹੁਤ ਸ਼ੁਕਰੀਆ ਸ਼ੌਕ ਅੱਛਾ ਕਰਵਾਇਆ ਉਮੀਦ ਕਰਨੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਲਾਜ਼ਮੀ ਕਰਨਾ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼।